ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੈਨੇਡਾ ਲਾਈਫ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਮੈਂ ਹਰ ਵਾਰ ਦੀ ਰਿਕੁਐਸਟ ਕਰਦੀ ਹਾਂ, ਜੇ ਪਲੀਜ਼ ਤੁਸੀਂ ਇਸ ਚੈਨਲ ਤੇ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਆ ਤੁਸੀਂ ਉਹ ਦੇਖ ਸਕੋ। ਤੇ ਜੇ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਤੇ ਇਸ ਚੈਨਲ ਦੀ ਖਾਸ ਗੱਲ ਇਹ ਹੈਗੀ ਆ ਕਿ ਇਸ ਚੈਨਲ ਦੇ ਉੱਤੇ ਆਪਾਂ ਹਰ ਇੱਕ ਤਰ੍ਹਾਂ ਦੀਆਂ ਵੀਡੀਓਜ਼ ਪਾਉਂਦੇ ਹਾਂ, ਸਿਰਫ ਇੱਕ ਚੀਜ਼ ਇੱਕ ਟੌਪਿਕ ਨਾਲ ਰਿਲੇਟਡ ਨਹੀਂ ਹੁੰਦੀਆਂ। ਉਹ ਭਾਵੇਂ ਰੈਸਪੀਸ ਹੋਣ, ਕੁਛ ਕੈਨੇਡਾ ਬਾਰੇ ਹੋਵੇ, ਕੁਛ ਵੀ ਘਰ ਬਾਰੇ ਹੋਵੇ, ਕੁਛ ਵੀ ਜੋ ਲਾਈਫ ਨਾਲ ਰਿਲੇਟਡ ਆ ਆਪਾਂ ਪਾਉਂਦੇ ਹਾਂ। ਹਾਂਜੀ, ਅੱਜ ਆਪਾਂ ਸਟਾਰਟ ਕਰਦੇ ਹੈਗੇ ਹਾਂ ਇੱਕ ਹੈਲਦੀ ਰੈਪ, ਅਤੇ ਇਹ ਆਪਾਂ ਬਣਾਉਣ ਲੱਗੇ ਹਾਂ ਬੱਚਿਆਂ ਲਈ, ਪਰ ਇਹ ਹਰ ਇੱਕ ਹੀ ਖਾ ਸਕਦਾ। ਅਤੇ ਇਹਨੂੰ ਆਪਾਂ ਬ੍ਰੇਕਫਾਸਟ ਅਤੇ ਲੰਚ ਡਿਨਰ ਕਿਸੇ ਵੀ ਟਾਈਮ ਆਪਾਂ ਇਹਨੂੰ ਲੈ ਸਕਦੇ ਹਾਂ। ਉਹਦੇ ਲਈ ਆਪਾਂ ਲਈਆਂ ਹੈਗੀਆਂ 2 ਕੈਰਟ ਅਤੇ ਹਾਫ ਬੈਲ ਪੇਪਰ, ਗ੍ਰੀਨ ਬੈਲ ਪੇਪਰ ਐਂਡ ਹਾਫ ਅਨੀਅਨ। ਤੁਸੀਂ ਅਨੀਅਨ ਕੱਟ ਵੀ ਕਰ ਸਕਦੇ ਹੋ। ਆਪਾਂ ਨੂੰ ਚਾਹੀਦਾ ਚਾਟ ਮਸਾਲਾ, ਜਿੰਜਰ ਪੇਸਟ, ਜੇ ਤੁਸੀਂ ਵੱਡਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਉੱਦਾਂ ਵੀ ਜਿੰਜਰ ਪਾ ਸਕਦੇ ਹੋ, ਕੈਚਅਪ ਅਤੇ ਹੈਂਗ, ਜਿਹੜੀ ਕਿ ਬਹੁਤ ਜ਼ਰੂਰੀ ਚੀਜ਼ ਹੈ ਅਤੇ ਬੱਚਿਆਂ ਲਈ, ਆਪਣੇ ਲਈ ਵੀ, ਕਿਉਂਕਿ ਖਾਸ ਤੌਰ 'ਤੇ ਆਪਾਂ ਕੈਨੇਡਾ ਦੇ ਵਿੱਚ ਜਦੋਂ ਰਹਿੰਦੇ ਹਾਂ ਅਤੇ ਆਪਾਂ ਨੂੰ ਪਿੰਚ ਔਫ ਤੁਹਾਡੇ ਸਵਾਦ ਅਨੁਸਾਰ ਸਾਲਟ ਚਾਹੀਦਾ ਹੈਗਾ। ਹੋਰ ਆਪਾਂ ਨੂੰ ਚਾਹੀਦਾ ਹੈਗਾ ਇਹਦੇ ਵਿੱਚ ਹਲਦੀ ਅਤੇ ਬਾਕੀ ਮਜ਼ਰੋਲਾ ਚੀਜ਼, ਇਹ ਆਪਸ਼ਨਲ ਆ। ਇਹ ਸਿਰਫ ਆਪਾਂ ਜੇ ਤੁਸੀਂ ਯੂਜ ਕਰਨੀ ਹੈ ਤਾਂ ਸਿਰਫ ਇੱਕ ਬਾਇੰਡ ਕਰਨ ਲਈ ਰੈਪ ਨੂੰ, ਅਤੇ ਰੈਪ ਚਾਹੀਦੇ ਹੈਗੇ ਆ। ਜੇ ਰੈਪ ਨਹੀਂ ਵੀ ਅਵੇਲੇਬਲ ਹੈਗੇ ਤਾਂ ਬਿਲਕੁਲ ਪਤਲੀ ਜਿਹੀ ਰੋਟੀ ਬਣਾ ਕੇ ਵੀ ਤੁਸੀਂ ਲੈ ਸਕਦੇ ਹੋ। ਅਤੇ ਮੈਂ ਸਪਿਨਚ ਵਾਲਾ ਲਿਆ ਹੈਗਾ, ਅਤੇ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਹਲਦੀ ਲੈਣੀ ਹੈਗੀ ਆ। ਆਪਾਂ ਨੂੰ ਜਿਹੜੀ ਖਾਸ ਚੀਜ਼ ਆ ਪਨੀਰ ਚਾਹੀਦਾ ਹੈਗਾ। ਸੋ ਇਹ ਸਾਰਾ ਕੁਛ ਆਪਾਂ ਇੱਦਾਂ ਸਲਾਈਸਿਸ ਦੇ ਵਿੱਚ ਕੱਟ ਕਰ ਲੈਣਾ ਹੈਗਾ। ਇਹ ਹੈਲਥੀ ਕਿੱਦਾਂ ਹੈਗਾ, ਇਹਨੂੰ ਆਪਾਂ ਪਿਓਰ ਦੇਸੀ ਘੀ ਦੇ ਵਿੱਚ ਬਣਾਉਣ ਲੱਗੇ ਹੈਗੇ ਹਾਂ। ਪਰ ਜੇ ਤੁਹਾਨੂੰ ਵਧੀਆ ਲੱਗਦਾ ਕਿ ਤੁਸੀਂ ਸਰ੍ਹੋਂ ਦੇ ਤੇਲ ਵਿੱਚ ਵੀ ਬਣਾ ਸਕਦੇ ਹੋ, ਅਤੇ ਆਪਾਂ ਲੋਹੇ ਦੀ ਕੜਾਈ ਲਈ ਆ। ਹਰ ਇੱਕ ਚੀਜ਼ ਆਪਾਂ ਜਿੱਦਾਂ ਹੈਲਥ ਬੈਨੀਫਿਸ਼ੀਅਲ ਲਈ ਹੈਗੀ ਆ ਪੂਰੀ, ਲਾਈਕ ਪਿਓਰ, ਜਿੱਦਾਂ ਤੁਹਾਨੂੰ ਕੀ ਆ ਕਿ ਵਧੀਆ ਇੱਕ ਹੈਲਥੀ ਰੈਪ ਹੈਗਾ। ਬਿਲਕੁਲ ਵੀ ਇਹਦੇ ਵਿੱਚ ਹੋਰ ਕੋਈ ਚੀਜ਼ ਉੱਦਾਂ ਦੀ ਨਹੀਂ ਹੈਗੀ ਜਿਹੜੀ ਆਪਾਂ ਕਿ ਸਰੀਰ ਲਈ ਨੁਕਸਾਨਦੇਹ ਹੋਵੇ। ਅਤੇ ਇਹ ਜੰਮੀ ਵੀ ਇੰਨਾ ਕਿ ਤੁਹਾਡੇ ਬੱਚਿਆਂ ਨੇ ਇੱਕ ਵਾਰੀ ਖਾ ਲਿਆ ਅਤੇ ਹਰ ਵਾਰੀ ਇਹੋ ਹੀ ਮੰਗਣਗੇ। ਪਹਿਲਾਂ ਆਪਾਂ ਘਿਓ ਪਾ ਲਿਆ, ਉਹਦੇ ਵਿੱਚ ਹਿੰਗ ਪਾ ਲਈ ਹੈਗੀ ਆ, ਫਿਰ ਆਨੀਅਨ, ਜਿੱਤੋਂ ਆਨੀਅਨ ਥੋੜ੍ਹੇ ਜਿਹੇ ਹੋ ਜਾਂਦੇ ਹੈਗੇ ਆ ਤਾਂ ਇਹਦੇ ਵਿੱਚ ਆਪਾਂ ਪਾ ਲੈਂਦੀ ਹਾਂ ਕੈਰਟ। ਬਿਲਕੁਲ ਜੀ, ਆਪਾਂ ਕੈਰਟ ਐਡ ਕਰ ਲਈ ਹੈਗੀ ਆ। ਹੁਣ ਇਸ ਤੋਂ ਬਾਅਦ ਵਾਰੀ ਆ ਜਾਂਦੀ ਹੈਗੀ ਆ ਸ਼ਿਮਲਾ ਮਿਰਚ, ਬਿਲਕੁਲ ਜੀ ਬਿਲ ਫਿੱਟਾ, ਇਹ ਆਪਾਂ ਉਹ ਐਡ ਕਰ ਲਿਆ। ਹੁਣ ਆਪਾਂ ਜੋ ਵੀ ਚਾਟ ਮਸਾਲਾ, ਸਾਲਟ, ਟਰਮਰਿਕ ਪਾਊਡਰ, ਉਹ ਸਾਰਾ ਕੁਛ ਆਪਾਂ ਪਾ ਦੇਣਾ ਹੈਗਾ। ਉਸ ਤੋਂ ਬਾਅਦ ਆਪਾਂ ਪਾ ਦੇਣਾ ਹੈਗਾ, ਜਦੋਂ ਉਹ ਚੀਜ਼ਾਂ ਬਣ ਗਈਆਂ, ਥੋੜ੍ਹੀਆਂ ਜਿਹੀਆਂ ਰਹਿ ਗਈਆਂ ਬਿਲਕੁਲ ਬਣਨ ਨੂੰ, ਤਾਂ ਜੀ ਬਿਲਕੁਲ ਪਨੀਰ ਐਡ ਕਰ ਦੇਣਾ ਹੈਗਾ। ਉਸ ਤੋਂ ਬਾਅਦ ਬੱਚਿਆਂ ਦੀ ਫੇਵਰੇਟ ਕੈਚਅਪ, ਅਤੇ ਆਪਾਂ ਕੈਚਅਪ ਐਡ ਕਰ ਦਿੱਤੀ ਹੈਗੀ ਆ। ਕੈਚਅਪ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈਗਾ। ਲਓ ਜੀ, ਬਣ ਕੇ ਰੈਡੀ ਆ ਫਟਾਫਟ ਵਾਲਾ ਰੈਪ। ਅਤੇ ਬਿਲਕੁਲ ਜਦੋਂ ਬੱਚੇ ਸਕੂਲ ਜਾਂਦੇ ਆ ਬਿਲਕੁਲ ਐਨ ਢਿੱਡ ਦੇ ਨਾਲ ਫੁੱਲ ਹੋ ਜਾਂਦਾ, ਉਦੋਂ ਬਣਾ ਕੇ ਦੇ ਸਕਦੇ ਆ, ਜਾਂ ਆਇਆਂ ਨੂੰ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ। ਅਤੇ ਰੈਪ ਨੂੰ ਆਪਾਂ ਸੇਕ ਲਵਾ ਲਿਆ ਹੈਗਾ ਦੋਨੇ ਪਾਸੇ, ਜਿੱਦਾਂ ਆਪਾਂ ਰੋਟੀ ਨੂੰ ਲਵਾਉਂਦੇ ਹਾਂ। ਅਤੇ ਹੁਣ ਆਪਣਾ ਜੀ ਆਪਾਂ ਇਹਨੂੰ ਬਾਇੰਡ ਕਰਨ ਲੱਗੇ ਹਾਂ। ਅਤੇ ਇਹ ਜ਼ਰੂਰ ਰੈਸਪੀ ਟਰਾਈ ਕਰਿਓ, ਮੇਰੀ ਪਰਸਨਲ ਫੇਵਰੇਟ ਰੈਸਪੀ ਆ ਇਹ, ਮੈਂ ਵੀ ਖਾਂਦੀ ਹਾਂ। ਅਤੇ ਜਿੱਦਾਂ ਇਹਦੇ ਵਿੱਚ ਮੈਂ ਮਿਰਚ ਨਹੀਂ ਪਾਈ ਹੈਗੀ, ਜੇ ਤੁਸੀਂ ਆਪਣੇ ਲਈ ਬਣਾਉਣ ਲੱਗੇ ਹੋ ਤਾਂ ਮਿਰਚ ਵੀ ਪਾ ਸਕਦੇ ਹੋ, ਜਾਂ ਤੁਹਾਡੇ ਬੱਚੇ ਖਾਂਦੇ ਹੈਗੇ ਆ।
ਪਰ ਉਦਾਂ ਹੀ ਲਾਈਕ ਇਹ ਸਿਰਫ ਦੋ ਤਿੰਨ ਚੀਜ਼ਾਂ ਨਾਲ ਹੀ ਇੰਨਾ ਜ਼ਿਆਦਾ ਸਵਾਦ ਬਣ ਜਾਂਦਾ ਕਿ ਤੁਸੀਂ ਜਦੋਂ ਬਣਾ ਕੇ ਖਾਧਾ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਲੱਗਿਆ ਕਿੱਦਾਂ ਦਾ। ਅਤੇ ਬਿਲਕੁਲ ਜੀ, ਇਸ ਚੈਨਲ 'ਤੇ ਮੈਂ ਨਹੀਂ ਮੋਰ ਵੀਡੀਓਜ਼ ਆਉਣ ਲੱਗੀਆਂ ਜਿਹੜੀਆਂ ਕਿ ਕੈਨੇਡਾ ਨਾਲ ਰਿਲੇਟਡ ਜਾਂ ਕੋਈ ਵੀ ਕੈਨੇਡਾ ਬਾਰੇ ਨੌਲੇਜ ਹੋਵੇ, ਸੋ ਉਹ ਵੀਡੀਓਜ਼ ਆਉਣ ਲੱਗੀਆਂ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਹਰ ਇੱਕ ਵੀਡੀਓ ਨੂੰ ਜ਼ਰੂਰ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਿਵੇਂ ਦੀ ਲੱਗੀ, ਜਾਂ ਕੋਈ ਵੀ ਤੁਹਾਡਾ ਸੁਜੈਸ਼ਨ ਹੋਵੇ ਉਸ ਵੀਡੀਓ ਬਾਰੇ ਕਿ ਠੀਕ ਆ ਇੱਦਾਂ ਨਹੀਂ ਜੀ ਇੱਦਾਂ ਚਾਹੀਦਾ, ਤਾਂ ਤੁਸੀਂ ਕਮੈਂਟ ਪਲੀਜ਼ ਜ਼ਰੂਰ ਕਰ ਸਕਦੇ ਹੋ, ਕਿਉਂਕਿ ਇਹ ਚੈਨਲ ਆਪਣੇ ਭਾਈਚਾਰੇ ਲਈ ਹੈ। ਇਹ ਮੇਨ ਹੈਗਾ ਕਿ ਆਪਾਂ ਇੱਕ ਦੂਜੇ ਦੀ ਹੈਲਪ ਕਰਨੀ ਹੈਗੀ ਆ, ਸਿਰਫ ਇੱਕ ਜ਼ਰੀਆ ਹੈਗਾ ਮੈਨੂੰ ਲੱਗਾ ਕਿ ਮੈਂ ਵੀਡੀਓਜ਼ ਪਾ ਸਕਦੀ ਹਾਂ। ਤੁਸੀਂ ਸਾਰੇ ਕਮੈਂਟ ਕਰ ਸਕਦੇ ਹੋ ਅਤੇ ਇਹਦੇ ਨਾਲ ਕਿ ਆਪਾਂ ਆਪਦੀ ਫੈਮਿਲੀ ਦੀ ਅਤੇ ਆਪਣੀ ਕਮਿਊਨਿਟੀ ਦੀ ਹੈਲਪ ਕਰ ਸਕਦੇ ਹਾਂ, ਆਪਣੇ ਫਰੈਂਡਸ ਦੀ ਹੈਲਪ ਕਰ ਸਕਦੇ ਹਾਂ ਵੀਡੀਓਜ਼ ਨੂੰ ਸ਼ੇਅਰ ਕਰਕੇ। ਥੈਂਕ ਯੂ ਸੋ ਮੱਚ ਵੀਡੀਓ ਨੂੰ ਦੇਖਣ ਦੇ ਲਈ, ਅਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮੱਚ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।